ਡਾਕਟਰ ਸਾਹਿਬ ਅੱਜ ਦੇ ਸਮੇਂ ਵਿੱਚ ਆਜ਼ਾਦ ਭਾਰਤ ਦੇ ਵਿੱਚ ਨਾਟਕਕਾਰ ਅਤੇ ਕਲਾਕਾਰ ਕੁਟਿਆ-ਕੁਟਿਆ ਕਿਉਂ ਮਹਿਸੂਸ ਕਰਦਾ ਹੈ ਜੀ ਆਜ਼ਾਦ ਭਾਰਤ ਵਿੱਚ ਤਾਂ ਨਹੀਂ ਸੀ ਕਰਦਾ ਜੀ ਅ ਐਮਰਜੈਂਸੀ ਚ ਕਰਦਾ ਸੀ ਜਾਂ ਤਾਂ ਹਾਂਜੀ ਜਾਂ ਜਦੋਂ ਖਾਲਿਸਤਾਨ ਦੀ ਲਹਿਰ ਚੱਲਦੀ ਸੀ ਕੁਝ ਸਭਾ ਉਦੋਂ ਵੀ ਕੁਟਿਆ-ਕੁਟਿਆ ਮਹਿਸੂਸ ਨਹੀਂ ਕੀਤਾ ਜੀ ਲੇਕਿਨ ਅੱਜ ਕੱਲ ਜ਼ਰੂਰ ਕਰਦਾ ਹੈ ਕਿਉਂਕਿ ਅੱਜ ਦੀ ਸਰਕਾਰ ਐਸੀ ਹੈ ਸਾਡੇ ਕੇਂਦਰ ਦੀ ਖਾਸ ਤੌਰ ਤੇ ਜੇ ਉਹਦੇ ਬਿਲਕੁਲ ਸੁਰਨਾ سرمਲਾ ਕੇ ਚੱਲੋ ਤਾਂ ਤੁਸੀਂ ਬੜੇ-ਬੜੇ ਦੇਸ਼ ਭਗਤ ਗਿਣੇ ਜਾਂਦੇ ਹੋ ਜੇ ਤੁਸੀਂ ਸਰਕਾਰ ਦੇ ਖਿਲਾਫ ਜਾਂ ਉਹਦੀਆਂ ਨੀਤੀਆਂ ਦੇ ਖਿਲਾਫ ਕੋਈ ਵੀ ਗੱਲ ਕਰਦੇ ਹੋ ਤੇ ਉਹ ਤੁਹਾਨੂੰ ਸਰਕਾਰ ਵਿਰੋਧੀ ਨਹੀਂ ਕਹਿੰਦੇ ਤੁਹਾਨੂੰ ਦੇਸ਼ ਵਿਰੋਧੀ ਕਹਿੰਦੇ ਔਰ ਇਹੋ ਜਿਹੇ ਬੰਦੇ ਨੂੰ ਇਹੋ ਜੇ ਨਾਟਕ ਕਰਨ ਵਾਲੇ ਨੂੰ ਕੋਈ ਸਰਕਾਰੀ ਮਦਦ ਜਿਹੜੀ ਆ ਉਹ ਵੀ ਨਹੀਂ ਮਿਲਦੀ ਇਹ ਕਾਰਨ ਹੈ ਉਹਦੀ ਘਟਨ ਦਾ ਕਿ ਉਸ ਦੀ ਆਜ਼ਾਦੀ ਜਿਹੜੀ ਹੈ ਉਹਦੀ ਸੁਤੰਤਰ ਸੋਚ ਹੈ ਉਹਦੇ ਖੰਭ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਬੜੇ ਤਰੀਕੇ ਨਾਲ ਕਿਹਾ ਇਹ ਹੀ ਜਾਂਦਾ ਕਿ ਤੁਸੀਂ ਆਜ਼ਾਦ ਹੋ ਤੁਹਾਨੂੰ ਕੌਣ ਰੋਕਦਾ ਗੱਲ ਕਰਨ ਦੀ ਉਹ ਇਹ ਵੀ ਕਹਿਣਗੇ ਕਿ ਦੇਖ ਤੂੰ ਵੀ ਐ ਸੋਸ਼ਲ ਮੀਡੀਆ ਤੇ ਬੋਲ ਹੀ ਰਿਹਾ ਤੈਨੂੰ ਕੋਈ ਰੋਕਿਆ ਤੇ ਨਹੀਂ ਪਰ ਅਸਲ ਦੇ ਵਿੱਚ ਜਿਹੜੇ ਲੋਕ ਸੱਚ ਬੋਲਦੇ ਨੇ ਤਰੀਕੇ ਨਾਲ ਉਹਨਾਂ ਨੂੰ ਕਹਿ ਜਾਂਦਾ ਜੀ ਤੁਸੀਂ ਪਹਿਲਾਂ ਤਾਂ ਸਿੱਧਾ ਕਹਿੰਦੇ ਸੀ ਪਾਕਿਸਤਾਨ ਚਲ ਜਾ ਹੁਣ ਉਹ ਇਹ ਕਹਿੰਦੇ ਨੇ ਕਿ ਤੁਸੀਂ ਦੇਸ਼ ਭਗਤੀ ਤੁਹਾਡਾ ਜਜ਼ਬਾ ਜਿਹੜਾ ਨਾ ਉਹ ਹੈ ਨਹੀਂ ਇਸ ਲਈ ਇਹ ਘਟਨ ਜਿਹੜੀ ਜ਼ਿਆਦਾ ਹੈ ਸਰ ਤੁਹਾਡਾ ਇੱਕ ਨਾਟਕ ਲਿਖਿਆ ਹੋਇਆ ਹੈ ਤਤੀ ਤਵੀ ਦਾ ਸੱਚ ਜੀ ਨਾਟਕ ਨੂੰ ਕੁਝ ਪਾਠਕ ਧਰਮ ਨਾਲ ਜੋੜ ਕੇ ਦੇਖਦੇ ਹਨ ਹੂੰ ਤੁਸੀਂ ਇਸ ਨਾਟਕ ਵਿੱਚ ਕੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਤਤੀ ਤਵੀ ਦਾ ਸੱਚ ਨਾਟਕ ਦਿੱਤੇ ਮੈਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਸਨ 2009 ਦੇ ਵਿੱਚ ਉਸ ਤੋਂ ਅਗਲੇ ਸਾਲ ਮੈਨੂੰ ਸੰਗੀਤ ਨਾਟਕ ਅਕੈਡਮੀ ਨੇ ਵੀ ਅਵਾਰਡ ਦਿੱਤਾ ਪਰ ਉਹ ਸਮੁੱਚੀ ਤੁਹਾਡੀ ਜੜੀ ਕੰਟਰੀਬਿਊਸ਼ਨ ਹੁੰਦੀ ਹੈ ਲਿਖਤਾ ਹੁੰਦੀ ਹੈ ਉਹਨਾਂ ਤੇ ਹੁੰਦਾ ਜੀ ਇਹ ਜਿਹੜਾ ਨਾਟਕ ਤਤੀ ਤਵੀ ਦਾ ਸੱਚ ਹੈ ਇਹ ਗੁਰੂ ਅਰਜਨ ਸਾਹਿਬ ਦੇ ਉੱਤੇ ਆ ਜੀ ਹੁਣ ਜ਼ਾਹਰ ਤੌਰ ਤੇ ਗੁਰੂ ਅਰਜਨ ਸਾਹਿਬ ਜਿਹੜੇ ਨੇ ਉਹ ਪੰਜਵੇਂ ਗੁਰੂ ਨੇ ਸਿੱਖਾਂ ਦੇ ਹਾਂਜੀ ਧਾਰਮਿਕ ਹਸਤੀ ਨੇ ਇਸ ਲਈ ਕਈ ਲੋਕਾਂ ਨੂੰ ਸਿਖਾੜਾ ਲੱਗਦਾ ਕਹਿਣਾ ਕਿ ਇਹ ਧਾਰਮਿਕ ਨਾਟਕ ਆ ਪਰ ਇਹ ਧਾਰਮਿਕ ਨਾਟਕ ਨਹੀਂ ਆ ਇਹ ਪੂਰੀ ਤਰ੍ਹਾਂ ਰਾਜਨੀਤਿਕ ਨਾਟਕ ਹੈ। ਰਾਜਨੀਤਿਕ ਨਾਟਕ ਇਸ ਲਈ ਹੈ ਕਿ ਗੁਰੂ ਅਰਜਨ ਸਾਹਿਬ ਦੀ ਜਿਹੜੀ ਸ਼ਹਾਦਤ ਦੀ ਸ਼ਹੀਦੀ ਹੋਈ ਹੈ ਉਹ ਰਾਜਨੀਤਿਕ ਕਾਰਨਾ ਕਰਕੇ ਹੋਈ ਹੈ। ਉਸ ਵੇਲੇ ਦੀ ਸੱਤਾ ਨੂੰ ਇਹ ਮਨਜ਼ੂਰ ਨਹੀਂ ਸੀ ਹੈਗਾ ਕਿ ਕੋਈ ਬੰਦਾ ਉਹਦੇ ਖਿਲਾਫ ਸੱਚ ਬੋਲੇ। ਇਸ ਲਈ ਉਹਨਾਂ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ। ਮੈਂ ਸਮਝਦਾ ਕਿ ਗੁਰੂ ਅਰਜਨ ਦੇਵ ਐਸੇ ਸ਼ਹੀਦ ਨੇ ਹਿੰਦੁਸਤਾਨ ਦੇ ਪਹਿਲੇ ਸ਼ਖਸ ਨੇ ਜਿਨ੍ਹਾਂ ਨੇ ਇਸ ਕੌਮ ਦੀਆਂ ਨੀਹਾਂ ਦੇ ਵਿੱਚ ਜਿਹੜਾ ਬਹੁ ਸੱਭਿਆਚਾਰਵਾਦ ਹੈ ਭਾਈਚਾਰਾ ਹੈ ਉਹਦਾ ਖੂਨ ਜਿਹੜਾ ਆਪਣਾ ਪਾਇਆ ਉਹਨੂੰ ਸਜਣ ਵਾਸਤੇ ਉਹ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਧਰਮ ਹਰ ਖਿੱਤਰ ਖੇਤਰ ਖਿੱਤਾ ਹਰ ਜਾਤ ਹਰ ਧਰਮ ਦੇ ਬੰਦੇ ਦਾ ਜਿਹੜਾ ਕਾਵ ਹੈ ਕਵਤਾ ਹੈ ਉਸ ਨੂੰ ਚ ਸ਼ਾਮਲ ਕੀਤਾ ਉਹਨਾਂ ਨੇ ਦਰਬਾਰ ਸਾਹਿਬ ਦੀ ਨੀਂਹ ਰਖਵਾਈ ਇੱਕ ਮੁਸਲਮਾਨ ਪੀਰ ਕੋਲੋਂ ਉਹਨਾਂ ਨੇ ਦਰਬਾਰ ਸਾਹਿਬ ਨੂੰ ਖਰਬੰਦਰ ਸਾਹਿਬ ਨੂੰ ਧਰਤੀ ਨਾਲੋਂ ਉੱਚਾ ਬਣਾਉਣ ਦੀ بجائے ਜਿਵੇਂ ਪਹਿਲਾਂ ਪਰੰਪਰਾ ਮੰਦਰਾਂ ਨੂੰ ਉੱਚਾ ਬਣਾਉਣ ਦੀ ਸੀ ਨੀਵਾ ਬਣਾਇਆ ਤਾਂ ਕਿ ਉਹ ਚ ਨਿਮਰਤਾ ਆਵੇ ਲੋਕਾਂ 'ਚ ਔਰ ਹਰ ਗੁਰਦੁਆਰੇ ਦੇ ਚਾਰ ਦਰਵਾਜ਼ੇ ਬਣਾਏ ਤਾਂ ਕਿ ਚਾਹ ਵਰਣਾ ਨੂੰ ਉੱਥੇ ਆਉਣ ਦੀ ਖੁੱਲ ਹੋਵੇ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਗੁਰੂ ਅਰਜਨ ਸਾਹਿਬ ਬਿਲਕੁਲ ਧਰਮ ਦੇ ਪੱਖ ਦੇ ਵਿੱਚ ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਦੀ ਸਥਿਤੀ ਉਦਾਂ ਹੀ ਅਕਬਰ ਦੀ ਸੀ ਰਾਜਨੀਤੀ ਵਿੱਚ ਪਰ ਇਹ ਗੱਲ ਉਸ ਵੇਲੇ ਦੇ ਮੋਲਾਣਿਆਂ ਨੂੰ ਮਨਜ਼ੂਰ ਨਹੀਂ ਸੀ ਇਸ ਲਈ ਉਹ ਨਹੀਂ ਸੀ ਚਾਹੁੰਦੇ ਕਿ ਅਕਬਰ ਜਿਹੜੀ ਹੈ ਉਹ ਆਪਣੀ ਦੀਨੇ ਇਲਾਹੀ ਦੀ ਨੀਤੀ ਨੂੰ ਅੱਗੇ ਤੋੜੇ ਇਸ ਲਈ ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ ਮੈਂ ਕਹਿਣਾ ਇਹ ਚਾਹ ਰਿਹਾ ਇਸ ਪਲੇ ਦੇ ਵਿੱਚ ਇਸ ਨਾਟਕ ਦੇ ਵਿੱਚ ਕਿ ਜਿਹੜੀ ਰਾਜਨੀਤੀ ਹੈ ਉਹ ਧਰਮ ਨੂੰ ਵਰਤਦੀ ਹੈ ਉਦੇ ਪਿੱਛੇ ਮਨੋਰਥ ਉਹਦੇ ਸਾਰੇ ਰਾਜਨੀਤਿਕ ਹੁੰਦੇ ਆ। ਸੋ 33 ਤੇ ਵੀ ਇਹ ਸੱਚ ਮੇਰੀ ਨਜ਼ਰਾਂ ਦੇ ਵਿੱਚ ਇੱਕ ਰਾਜਨੀਤਿਕ ਨਾਟਕ ਹੈ। ਕਿਸ ਤਰ੍ਹਾਂ ਰਾਜਨੀਤੀ ਆਪਣੇ ਸੌੜੇ ਹਿੱਤਾਂ ਦੀ ਖਾਤਰ ਕਈਆਂ ਲੋਕਾਂ ਨੂੰ ਜਿਹੜੇ ਬੜੇ ਪਵਿੱਤਰ ਹੁੰਦੇ ਨੇ ਉਹ ਆਪਣੇ ਰਸਤੇ ਤੋਂ ਹਟਾਉਣ ਲਈ ਸ਼ਹੀਦ ਵੀ ਕਰਵਾ ਦਿੰਦੀ ਹੈ। ਡਾਕਟਰ ਸਾਹਿਬ ਸਾਡੇ ਸਰੋਤੇ ਜਣਾਂ ਨੂੰ ਕੁਝ ਮੈਸੇਜ ਦੇਣਾ ਚਾਹੋਗੇ ਤੁਸੀਂ? ਮੇਰਾ ਸੰਦੇਸ਼ ਦੋਸਤੋ ਸਿਰਫ ਇਹ ਨਹੀਂ ਹੈ। ਮੈਂ ਜ਼ਿੰਦਗੀ ਦੀਆਂ ਬੜੀਆਂ ਤੰਗੀਆਂ ਤਰਸ਼ੀਆਂ ਚੋਂ ਨਿਕਲਿਆ ਔਰ ਮੇਰਾ ਵਿਸ਼ਵਾਸ ਹੈ ਕਿ ਹਰ ਬੰਦਾ ਉਹਨਾਂ ਤੰਗੀਆਂ ਤਰਸ਼ੀਆਂ ਵਿੱਚੋਂ ਨਿਕਲ ਸਕਦਾ ਹੈ ਚਾਹੇ ਬੰਦਾ ਹੈ ਚਾਹੇ ਕੌਮ ਹੈ ਚਾਹੇ ਸਮਾਜ ਹੈ ਚਾਹੇ ਦੇਸ਼ ਹੈ ਸਾਡੇ ਕੋਲ ਹਿੰਮਤ ਹੋਣੀ ਚਾਹੀਦੀ ਹੈ ਇਸ ਉਮੀਦ ਨਾਲ ਸਾਨੂੰ ਜੀਣਾ ਪਏਗਾ ਕਿ ਅਸੀਂ ਆਪਣੇ ਰਸਤੇ ਦੀਆਂ ਰੁਕਾਵਟਾਂ ਨੂੰ ਰੋਕ ਸਕਦੇ ਹਾਂ ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਤੁਹਾਡੇ ਆਪਣੇ ਪਰਸਨ ਦਾ ਤੁਹਾਡੇ ਆਪਣੇ ਵਿਅਕਤੀ ਦਾ ਹੋਣਾ ਹੋਣਾ ਚਾਹੀਦਾ ਤੁਸੀਂ ਇਸ ਦ੍ਰਿੜਤਾ ਨਾਲ ਚੱਲੋ ਤੁਸੀਂ ਉਸ ਸੱਚ ਤੇ ਵਿਸ਼ਵਾਸ ਕਰੋ ਮੈਂ ਤੁਹਾਨੂੰ ਬੜੀ ਇਮਾਨਦਾਰੀ ਨਾਲ ਕਹਿੰਦਾ ਕਿ ਭਾਵੇਂ ਸੱਚ ਖੁਰ ਰਿਹਾ ਭਾਵੇਂ ਕ腐ਪਸ਼ਨ ਵੱਧ ਰਹੀ ਹੈ ਭਾਵੇਂ ਆਪਾ ਧੋਪੀ ਵੱਧ ਗਈ ਹੈ ਫਿਰ ਵੀ ਮੇਰਾ ਵਿਸ਼ਵਾਸ ਹੈ ਕਿ ਜੇ ਤੁਹਾਨੂੰ ਆਪਣੇ ਤੇ ਵਿਸ਼ਵਾਸ ਹੈ ਆਪਣੇ ਸੱਚ ਤੇ ਆਪਣੀ ਇਮਾਨਦਾਰੀ ਤੇ ਤੁਸੀਂ ਹਮੇਸ਼ਾ ਜੇਤੂ ਹੋਵੋਗੇ ਕਿਰਪਾ ਕਰਕੇ ਮੇਰੇ ਇਸ ਫਾਰਮੂਲੇ ਨੂੰ ਅਜ਼ਮਾ ਕੇ ਦੇਖੋ ਮੈਂ ਵਿਰਸਾ ਪੰਜਾਬੀ ਦੇ ਦਸ਼ਕਾ ਦਾ ਬਹੁਤ ਧੰਨਵਾਦ ਕਰਦਾ ਔਰ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਮੇਰੀ ਗੱਲਾਂ ਨੂੰ ਸੁਣਿਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ